ਸਰ ਜਿਹੜੀ ਅੱਜ ਦੀ ਅਵੇਅਰਨੈਸ ਸੀਗੀ ਸਰ, ਕਿਆ ਕੁਛ ਰਿਹਾ ਸਰ, ਉਹਦੇ ਬਾਰੇ ਥੋੜਾ ਦੱਸੋ। ਬੇਸਿਕਲੀ ਅੱਜ ਸਾਡਾ ਚੰਡੀਗੜ੍ਹ ਪੁਲਿਸ ਵੱਲੋਂ ਜੋ ਮੁਹਿੰਮ ਚਲਾਇਆ ਜਾ ਰਿਹਾ ਸਮਾਵੇਸ਼ ਦੇ ਰਿਗਾਰਡਿੰਗ, ਪਲੱਸ ਸੀਨੀਅਰ ਸਿਟੀਜ਼ਨ ਜਿੰਨੇ ਵੀ ਸਾਡੇ ਬਜ਼ੁਰਗ ਆ, ਸਾਨੂੰ ਪਾਰਕਾਂ ਚ ਈਜ਼ੀਲੀ ਮਿਲ ਜਾਂਦੇ ਆ, ਉਹਨਾਂ ਨੂੰ ਟਾਰਗੇਟ ਕਰਨ ਲਈ, ਬੱਚਿਆਂ ਨੂੰ ਇਹ ਮੈਸੇਜ ਦੇਣ ਲਈ ਕਿ ਉਹ ਸਾਈਬਰ ਕ੍ਰਾਈਮ ਤੋਂ ਕਿੱਦਾਂ ਬਚ ਸਕਦੇ ਨੇ, ਪਲੱਸ ਸੋਸ਼ਲ ਕ੍ਰਾਈਮ ਨੂੰ ਕਿਵੇਂ ਅਵੋਇਡ ਕਰਨਾ ਹੈ। ਇਹ ਦੋ ਟੌਪਿਕ ਸਾਡੇ ਅੱਜ ਅਸੀਂ ਇਹ ਸਿਲਵਰ ਪਾਰਕ ਜਿਹੜਾ ਸਾਡਾ ਸ਼ਿਵਾਲਿਕ ਪਾਰਕ ਹੈ, ਇਹਦੇ ਵਿੱਚ ਅਸੀਂ ਸਪੈਸ਼ਲ ਪ੍ਰੋਗਰਾਮ ਰੱਖਿਆ ਸੀ 2 ਘੰਟੇ ਦਾ, ਔਰ ਬਹੁਤ ਲੋਕਾਂ ਦਾ ਬਹੁਤ ਹੀ ਜ਼ਿਆਦਾ ਸਾਨੂੰ ਹੁੰਗਾਰਾ ਮਿਲਿਆ। ਬਹੁਤ ਲੋਕ ਇੱਥੇ ਮਿਲੇ, ਉਹਨਾਂ ਨਾਲ ਗੱਲਬਾਤ ਹੋਈ, ਸੀਨੀਅਰ ਸਿਟੀਜ਼ਨ ਸਾਡੇ ਬੜੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ। ਇੱਥੇ ਥੋੜੀ ਜਿਹੀ ਪ੍ਰੋਬਲਮ ਸਾਡੇ ਕੋਲ ਇਹ ਵੀ ਚੱਲ ਰਹੀ ਸੀ ਕਿ ਇੱਥੇ ਬਜ਼ੁਰਗ ਜਿਹੜੇ ਆ ਉਹ ਟਾਈਮ ਪਾਸ ਲਈ ਤਾਸ਼ ਖੇਡਦੇ ਨੇ, ਤੇ ਉਹਦਾ ਵੀ ਮੈਸੇਜ ਇਹਨਾਂ ਨੂੰ ਦੇਣਾ ਸੀ ਕਿ ਇਹ ਹੋਰ ਕੰਮ ਆਪਣਾ ਜਿਹੜਾ ਐਕਸਪੀਰੀਅੰਸ ਹੈ ਇਹਨਾਂ ਦੇ ਕੋਲ ਤਾਂ ਖਜ਼ਾਨਾ ਹੈ, ਇਹਨਾਂ ਨੇ ਸਾਰੀ ਉਮਰ ਐਕਸਪੀਰੀਅੰਸ ਜਾਂ ਆਪਣਾ ਤਜਰਬਾ ਜਿਹੜਾ ਇਹਨਾਂ ਕੋਲ, ਉਹ ਇਹ ਕਿਵੇਂ ਸ਼ੇਅਰ ਕਰ ਸਕਦੇ ਨੇ ਦੂਸਰਿਆਂ ਨਾਲ। ਇਹ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਬੱਚਿਆਂ ਲਈ ਇਹ ਜਿਹੜਾ ਇਹ ਤਾਸ਼ ਖੇਡਦੇ ਨੇ ਇੱਥੇ ਆਪਣਾ ਟਾਈਮ ਪਾਸ ਲਈ, ਬੇਸ਼ੱਕ ਖੇਡਦੇ ਨੇ ਬਟ ਉਹ ਬੱਚਿਆਂ ਤੱਕ ਮੈਸੇਜ ਠੀਕ ਨਹੀਂ ਜਾ ਰਿਹਾ। ਬੱਚੇ ਇਹਨੂੰ ਕਾਪੀ ਕਰਨਗੇ, ਅਗਰ ਇਹਨਾਂ ਨੂੰ ਦੇਖ ਕੇ ਉਹ ਕੁਛ ਵੀ ਇਮੀਟੇਟ ਕਰਨਗੇ ਤੇ ਉਹ ਮੈਸੇਜ ਇੱਕ ਬੜਾ ਡੇਂਜਰਸ ਹੋਏਗਾ ਸਮਾਜ ਲਈ ਵੀ। ਔਰ ਮੈਂ ਉਹਨਾਂ ਨੂੰ ਜਿਵੇਂ ਜਿਵੇਂ ਰਿਕੁਐਸਟ ਕੀਤੀ ਆ ਦੇ ਐਗਰੀ ਔਨ ਦੈਟ, ਐਂਡ ਸੈਕੰਡ ਜਿਹੜੀਆਂ ਵੁਮੈਨਸ ਆ ਉਹਨਾਂ ਨੂੰ ਅਸੀਂ ਇਹ ਸਿਕਿਉਰਿਟੀ ਦਾ ਹਾਓ ਦੇ ਕੈਨ ਸੇਵ ਦੈਮਸੈਲਵਸ, ਈਵਨ ਕਿਵੇਂ ਉਹ ਪਾਰਕਾਂ ਦੇ ਵਿੱਚ ਦੂਸਰਿਆਂ ਨੂੰ ਅਵੇਅਰ ਕਰ ਸਕਦੀਆਂ ਨੇ, ਬੱਚਿਆਂ ਨੂੰ ਕਿਵੇਂ ਇਹ ਸੋਸ਼ਲ ਕ੍ਰਾਈਮ ਪਲੱਸ ਸਾਈਬਰ ਕ੍ਰਾਈਮ ਤੋਂ ਬਚਾ ਸਕਦੀਆਂ ਨੇ। ਇਹ ਮੈਸੇਜ ਅੱਜ ਅਸੀਂ 2 ਘੰਟੇ ਦਾ ਸਾਡਾ ਇਹ ਕੰਪੇਨ ਸੀਗਾ। ਸਾਡੇ ਸਾਰੇ ਪੁਲਿਸ ਮੁਲਾਜ਼ਮ ਪੁਲਿਸ ਸਟੇਸ਼ਨ ਮਨੀ ਮਾਜਰਾ ਦੇ ਨਾਲ ਹੋ ਕੇ ਅਸੀਂ ਇਹ PCR ਦੀਆਂ ਗੱਡੀਆਂ ਨੂੰ ਨਾਲ ਲੈ ਕੇ ਹੂਟਰ ਵਜਾ ਕੇ ਇਹ ਮੈਸੇਜ 2 ਜਗ੍ਹਾ ਜਿਹੜਾ ਕਿ ਸਾਨੂੰ ਟਾਰਗੇਟ ਕਰਨਾ ਸੀ, ਅਸੀਂ ਅੱਜ ਇਹ ਪਾਰਕ ਪਲੱਸ ਬੱਸ ਸਟੈਂਡ ਜਿਹੜਾ ਮਨੀ ਮਾਜਰੇ ਦਾ ਬੱਸ ਸਟੈਂਡ ਹੈ ਉਹਨੂੰ ਅਸੀਂ ਟਾਰਗੇਟ ਕੀਤਾ, ਐਂਡ ਵੀ ਗੈਟ ਵੈਰੀ ਗੁੱਡ ਰਿਜ਼ਲਟ ਔਨ ਇਟ। ਥੈਂਕ ਯੂ ਸਰ। ताज़ा अपडेट्स और बड़ी खबरों के लिए सब्सक्राइब करें आज प्रकाश TV और बेल आइकन दबाना ना भूलें।